ਸ੍ਰੀ ਗੁਰੂ ਜੀ ਸਾਰਿਆਂ ਨੂੰ ਏਜ ਜੀ ਸਾਡਾ 2 ਮੀਟਰ ਦਾ ਪਰਦਾ ਏ ਰੇ ਜੀ ਸਾਡੀ ਪੱਕੀ ਧਾਰ ਵਾਲਾ ਪਾਸਾ ਤੇ ਏ ਰਿਆ ਜੀ ਸਾਡਾ ਕੱਚੀ ਧਾਰ ਵਾਲਾ ਪਾਸਾ ਠੀਕ ਹੈ ਜੀ ਤੇ ਸਕਰੀਨ ਦੇ ਵਿੱਚ ਏ ਹੈ ਜੀ ਖੱਬੀ ਸਾਈਡ ਠੀਕ ਹੈ ਜੀ ਤੇ ਏ ਰਹੀ ਸੱਜੀ ਸਾਈਡ ਹੁਣ ਤੁਸੀਂ ਕੀ ਕਰਨਾ ਹੈ ਇਸ ਦੀ ਪੂਣੀ ਨਹੀਂ ਕਰਨੀ ਪਰ ਇਸ ਦਾ ਇੱਕ ਟ੍ਰਾਇੰਗਲ ਬਣਾਉਣਾ ਹੈ ਕਿਸ ਤਰੀਕੇ ਨਾਲ ਬਣਾਉਣਾ ਹੈ ਸੱਜੀ ਸਾਈਡ ਨੂੰ ਜੋਏ ਤੁਹਾਡਾ ਪੱਕੀ ਧਾਰ ਵਾਲਾ ਪਾਸਾ ਰਹੇਗਾ ਤੇ ਖੱਬੀ ਸਾਈਡ ਨੂੰ ਜੋਏ ਤੁਹਾਡਾ ਕੱਚੀ ਧਾਰ ਵਾਲਾ ਪਾਸਾ ਰਹੇਗਾ ਠੀਕ ਹੈ ਜੀ ਇਸ ਤਰੀਕੇ ਨਾਲ ਦੇਖ ਸਕਦੇ ਹੋ ਸਕਰੀਨ ਦੀ ਖੱਬੀ ਸਾਈਡ ਤੇ ਇਹਰੀ ਖੱਬੀ ਸਾਈਡ ਤੇ ਇਹ ਸੱਜੀ ਸਾਈਡ ਹੁਣ ਤੁਸੀਂ ਪੂਣੀ ਕਿਵੇਂ ਕਰਨੀ ਹੈ ਕਿ ਜਿਹੜਾ ਕੱਚੀ ਧਾਰ ਵਾਲਾ ਪਾਸਾ ਹੈ ਨਾ ਇਹ ਵਾਲਾ ਪਾਸਾ ਇਸ ਨੂੰ ਖੱਬੀ ਸਾਈਡ ਤੋਂ ਇਸ ਤਰੀਕੇ ਨਾਲ ਆਪਣੀ ਬੋਡੀ ਵਾਲੀ ਸਾਈਡ ਨੂੰ ਲੈ ਕੇ ਜਾਣਾ ਹੈ ਤੁਸੀਂ ਠੀਕ ਹੈ ਜੀ ਦੇਖ ਸਕਦੇ ਹੋ ਤੇ ਪੱਕੀ ਧਾਰ ਵਾਲਾ ਪਾਸਾ ਜਿਹੜਾ ਬਾਹਰ ਦਿਖਾਈ ਦੇ ਰਿਹਾ ਤੇ ਇਹ ਜਿਹੜਾ ਕੱਚੀ ਧਾਰ ਵਾਲਾ ਪਾਸਾ ਆਪਣੇ ਸਰੀਰ ਵਾਲੀ ਸਾਈਡ ਤੇ ਹੋਣਾ ਚਾਹੀਦਾ ਤੁਹਾਡੇ ਇਸ ਤਰੀਕੇ ਨਾਲ ਕਰਨ ਦੇ ਬਾਅਦ ਜਿਹੜਾ ਤੁਸੀਂ ਟ੍ਰਾਇੰਗਲ ਬਣਾ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਟ੍ਰਾਇੰਗਲ ਬਣਾਉਣ ਦੇ ਬਾਅਦ ਜਿਹੜਾ ਹੁਣ ਦੇਖੋ ਹੱਥ ਦੇ ਵਿੱਚ ਤੁਹਾਡਾ ਕਿਨਾਰਾ ਹੈ ਕਿਨਾਰੇ ਵਾਲੀ ਸਾਈਡ ਹੈ ਜਿਹੜੀ ਉਸ ਨੂੰ ਤੁਸੀਂ ਖੱਬੀ ਸਾਈਡ ਠੀਕ ਹੈ ਜੀ ਇਸ ਤਰੀਕੇ ਨਾਲ ਖੱਬੀ ਸਾਈਡ ਵੱਲ ਰੱਖਦੇ ਹੋਇਆ ਸਿਰ ਦੇ ਉੱਪਰੋਂ ਦੀ ਲੈ ਕੇ ਆਉਣਾ ਹੈ ਇਸ ਨੂੰ ਤੇ ਹੁਣ ਬੇਸ ਨਹੀਂ ਇਸ ਪਰਦੇ ਦੇ ਥੱਲੇ ਇਸ ਕਰਕੇ ਅਸੀਂ ਪਰਦੇ ਨੂੰ ਟਾਈਟ ਕਰਨ ਵਾਸਤੇ ਕੀ ਕਰਨਾ ਹੈ ਜਿਹੜਾ ਗਰਦਨ ਵਾਲੀ ਸਾਈਡ ਤੋਂ ਹੁਣ ਦੇਖੋ ਜੀ ਇਸ ਤਰੀਕੇ ਨਾਲ ਜਿਹੜਾ ਗਰਦਨ ਵਾਲੀ ਸਾਈਡ ਹੈ ਇਹ ਵਾਲੀ ਸਾਈਡ ਤੋਂ ਜਿਹੜਾ ਪੱਲਾ ਹੈ ਇਹ ਵਾਲੀ ਸਾਈਡ ਨੂੰ ਟਾਈਟ ਕਰਕੇ ਲਗਾਉਣਾ ਹੈ ਆਪਾਂ ਠੀਕ ਹੈ ਜੀ ਇਸ ਦੇ ਨਾਲ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲੋਕ ਕਿਵੇਂ ਲਗਾਉਣਾ ਹੈ ਪਹਿਲੇ ਪੱਲੇ ਨੂੰ ਇਸ ਤਰੀਕੇ ਨਾਲ ਪੱਲੇ ਨੂੰ ਜਿਹੜਾ ਹੈ ਮੂੰਹ ਦੇ ਵਿੱਚ ਪੱਲਾ ਨਹੀਂ ਰੱਖਣਾ ਇਸ ਤਰੀਕੇ ਨਾਲ ਸਿਰ ਦੇ ਉੱਪਰ ਲਗਾ ਲੈਣਾ ਹੈ ਪੱਲਾ ਇਸ ਤਰੀਕੇ ਨਾਲ ਦੇਖੋ ਜੀ ਸਿਰ ਦੇ ਉੱਪਰ ਰੱਖਣ ਦੇ ਬਾਅਦ ਹੁਣ ਜਿਹੜਾ ਇਹ ਵਾਲਾ ਪੱਲਾ ਹੈ ਪੱਲੇ ਦੇ ਨਾਲ ਜਿਹੜਾ ਇਸ ਪੱਲੇ ਨੂੰ ਲੋਕ ਲਗਾਉਣਾ ਹੈ ਜਿਹੜਾ ਸਿਰ ਦੇ ਉੱਪਰ ਰੱਖਿਆ ਹੈ ਇਸ ਤਰੀਕੇ ਨਾਲ ਦੇਖੋ ਜੀ ਰੱਖਣ ਦੇ ਬਾਅਦ ਜਦੋਂ ਲੋਕ ਲੱਗ ਜਾਂਦਾ ਇਸ ਤਰੀਕੇ ਨਾਲ ਤੇ ਉਸ ਨੂੰ ਆਸਾਨੀ ਦੇ ਨਾਲ ਜਿਹੜਾ ਛੱਡ ਦੇਣਾ ਹੈ ਜ਼ਿਆਦਾ ਝਟਕਾ ਨਹੀਂ ਮਾਰਨਾ ਝਟਕੇ ਮਾਰਨ ਦੇ ਨਾਲ ਉੱਪਰ ਨੂੰ ਚੜ ਜਾਂਦਾ ਪਰ ਨਹੀਂ ਹੁਣ ਦੇਖੋ ਜੀ ਇਹ ਵਾਲੀ ਸਾਈਡ ਹੈ ਜਿਹੜੀ ਇਹ ਵਾਲਾ ਪਰਦਾ ਜਿਹੜਾ ਪੱਲਾ ਹੈ ਇਹ ਵਾਲੀ ਸਾਈਡ ਜਿਹੜੀ ਕੰਨ ਵਾਲੀ ਸਾਈਡ ਹੈ ਇਸ ਨੂੰ ਜਿਹੜਾ ਤੁਸੀਂ ਟਾਈਡ ਕਰਕੇ ਲਗਾਉਣਾ ਹੈ ਗੋਲ ਪਰਨੇ ਦਾ ਇਹੀ ਹਸੂਲ ਹੈ ਕਿ ਇਸ ਨੂੰ ਥੱਲਿਓਂ ਟਾਈਡ ਕੀਤਾ ਜਾਂਦਾ ਹੈ ਥੱਲੇ ਵਾਲੀ ਸਾਈਡ ਤੋਂ ਉੱਪਰ ਵਾਲੀ ਸਾਈਡ ਤੋਂ ਨਹੀਂ ਟਾਈਡ ਕਰਨਾ ਤੁਸੀਂ ਉੱਪਰ ਵਾਲੀ ਸਾਈਡ ਤੋਂ ਜਸ ਜਿਹੜੇ ਉੱਪਰਲੇ ਪਾਸੇ ਆਪਾਂ ਢਿੱਲਾ ਪਾਣਾ ਉਸ ਨੂੰ ਉਂਗਲਾਂ ਦੇ ਨਾਲ ਫੋਲਡ ਕਰਕੇ ਅੰਦਰ ਨੂੰ ਕਰ ਲੈਣਾ ਹੈ ਇਸ ਦੇ ਨਾਲ ਨਾਲੇ ਕੀ ਤੁਹਾਡਾ ਜਿਹੜਾ ਸਿਰ ਹੈ ਉਹ ਵੀ ਕਰਜਿਆ ਜਾਏਗਾ ਠੀਕ ਹੈ ਜੀ ਹੁਣ ਇਸ ਤਰੀਕੇ ਨਾਲ ਇਸ ਦੀ ਪੂਣੀ ਵੀ ਜੋ ਹੈ ਨਾਲ ਦੀ ਨਾਲ ਹੀ ਕਰਨੀ ਹੈ ਇਸ ਤਰੀਕੇ ਨਾਲ ਦੋਵੇਂ ਪਰਲਿਆਂ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਹੈ ਤੇ ਜਿਵੇਂ ਪੱਗ ਦੀ ਪੂਣੀ ਦਾ ਹੁੰਦਾ ਕਿ ਚਾਰ ਪੰਜ ਉਂਗਲਾਂ ਚਾਰ ਪੰਜ ਜਿਹੜੀ ਉਂਗਲਾਂ ਚੌੜੀ ਰੱਖਣੀ ਹੈ ਪੂਣੀ ਇਸ ਤੋਂ ਜ਼ਿਆਦਾ ਚੌੜੀ ਨਹੀਂ ਰੱਖਣੀ ਤੇ ਹੁਣ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਜਿਹੜਾ ਤੁਸੀਂ ਪਰਨਾ ਹੈ ਉਹ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਮੱਥੇ ਤੋਂ 2 ਉਂਗਲਾਂ 3 ਉਂਗਲਾਂ ਜਾਂ 4 ਉਂਗਲਾਂ ਉੱਚਾ ਵੀ ਬਨਸਾ ਸਕਦੇ ਹੋ ਜਿੰਨਾ ਤੁਹਾਡੇ ਫੇਸ ਦੇ ਉੱਪਰ ਸੂਟ ਕਰਦਾ ਹੈ ਇਸ ਤਰੀਕੇ ਨਾਲ ਮੇਰਾ ਸਟਾਈਲ ਇਹ ਹੈ ਕਿ ਮੈਂ ਤਿੰਨ ਉਂਗਲਾਂ ਜੋ ਉਸ ਨੂੰ ਪਰਦੇ ਨੂੰ ਉੱਚਾ ਰੱਖਦਾ ਵਾਂ ਤੇ ਉੱਚਾ ਰੱਖਣ ਦੇ ਬਾਅਦ ਜਿਹੜਾ ਪਰਨਾ ਹੈ ਉੱਪਰ ਉਚਾਰ ਪੰਜ ਉਂਗਲਾਂ ਹੀ ਉੱਚਾ ਰੱਖਦਾ ਹਾਂ ਉਸ ਤੋਂ ਜ਼ਿਆਦਾ ਨਹੀਂ ਰੱਖਦਾ ਵੀਰ ਆਪਣੀ ਮਰਜ਼ੀ ਦੇ ਅਨੁਸਾਰ ਜਿੰਨਾ ਉਹਨਾਂ ਨੂੰ ਸੂਟ ਕਰਦਾ ਹੈ ਜਿੰਨਾ ਉਹਨਾਂ ਨੂੰ ਉਹਨਾਂ ਨੂੰ ਪਸੰਦ ਆਉਂਦਾ ਹੈ ਉਹਨਾਂ ਉਹ ਰੱਖ ਸਕਦੇ ਨੇ ਠੀਕ ਹੈ ਜੀ ਇਸ ਦੀ ਕੋਈ ਪਾਬੰਦੀ ਨਹੀਂ ਹੁੰਦੀ ਕਿ ਕਿੰਨਾ ਚੌੜਾ ਰੱਖਣਾ ਹੈ ਕਿੰਨਾ ਘੱਟ ਰੱਖਣਾ ਹੈ ਵੱਧ ਰੱਖਣਾ ਹੈ ਠੀਕ ਹੈ ਜੀ ਪਰਨਾ ਜੋ ਹੈ 2 ਮੀਟਰ ਦਾ ਪਰਨਾ ਹੈ ਵੀਰ ਆਪਣੀ ਮਰਜ਼ੀ ਦੇ ਅਨੁਸਾਰ 1.5 ਮੀਟਰ 2 ਮੀਟਰ 2.5 ਮੀਟਰ 2.2 ਮੀਟਰ ਜਿੰਨਾ ਉਹਨ ਪੱਲਾ ਉਹਨਾਂ ਹੋਰ ਰੱਖ ਸਕਦੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਫਿਰ ਤੋਂ ਜਿਹੜੀ ਹੈ ਜਿਵੇਂ ਪੱਗ ਦੀ ਪੋਣੀ ਹੁੰਦੀ ਹੈ ਕਿ ਚਾਰ ਪੰਜ ਉਂਗਲਾਂ ਜਿਹੜੀਏ ਚੋੜੀ ਰੱਖਣੀ ਹੈ ਇਸ ਤੋਂ ਜ਼ਿਆਦਾ ਚੋੜੀ ਨਹੀਂ ਰੱਖਣੀ ਹੁਣ ਫਿਰ ਤੋਂ ਜਿਹੜਾ ਥੱਲੇ ਵਾਲੀ ਸਾਈਡ ਹੈ ਇਹ ਵਾਲੀ ਸਾਈਡ ਥੋੜੀ ਜਿਹੀ ਟਾਈਟ ਕਰਕੇ ਬੰਨਾਂਗੇ ਉੱਪਰ ਵਾਲੀ ਸਾਈਡ ਨੂੰ ਟਾਈਟ ਨਹੀਂ ਕਰਨੀ ਹੁੰਦਾ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਜਿਹੜਾ ਇਸ ਤੋਂ ਪਿਛਲਾ ਪੱਲਾ ਸੀ ਉਸ ਤੋਂ ਇੱਕ ਜਾਂ ਅੱਧੀ ਉਂਗਲ ਉੱਪਰ ਨੂੰ ਰੱਖਦੇ ਆ ਹੁਣ ਉੱਪਰ ਵਾਲੀ ਸਾਈਡ ਜੇ ਢਿੱਲੀ ਰਹਿ ਜਾਵੇ ਤੇ ਇਸ ਤਰੀਕੇ ਨਾਲ ਉਂਗਲਾਂ ਦੀ ਵਰਤੋਂ ਕਰਦੇ ਆ ਅੰਦਰ ਨੂੰ ਫੋਲਡ ਕਰ ਲੈਣਾ ਹੁੰਦਾ ਹੈ ਪੱਲੇ ਨੂੰ ਇਸ ਉੱਪਰਨੀ ਸਾਈਡ ਤੋਂ ਜਿਹੜੀ ਉਸ ਦੀ ਸ਼ੇਪ ਸਹੀ ਹੁੰਦੀ ਹੈ ਠੀਕ ਹੈ ਜੀ ਇੰਸਟਾਗ੍ਰam ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਬਾਕਸ ਤੇ ਦਿੱਤਾ ਗਿਆ ਹੈ ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਡੀਐਮ ਕਰਕੇ ਆਪਣਾ ਕੋਈ ਵੀ ਸਵਾਲ ਕਰ ਸਕਦੇ ਹੋ ਕਾਫੀ ਵੀਰਾਂ ਦੀ ਡਿਮਾਂਡ ਸੀ ਕਿ ਇੱਕ ਛੋਟਾ ਪਰਨਾ ਬਣਿਆ ਜਾਵੇ ਜਿਸ ਦੇ ਨਾਲ ਉਹ ਜਿਸ ਦੀ ਵਰਤੋਂ ਕਰਕੇ ਉਹ ਜਿਮ ਵੀ ਜਾ ਸਕਦੇ ਨੇ ਖੇਡਣ ਵੀ ਜਾ ਸਕਦੇ ਨੇ ਬਾਜ਼ਾਰ ਵੀ ਜਾਂ ਘਰੇ ਵੀ ਰਹਿ ਸਕਦੇ ਨੇ ਇਸ ਕਰਕੇ ਜੋ ਹੈ ਅਸੀਂ 2 ਮੀਟਰ ਦੇ ਪਰਨੇ ਦੀ ਵੀਡੀਓ ਲੈਂਦੀ ਹੈ ਸੋ ਉਮੀਦ ਕਰਦਾ ਕਿ ਇਸ ਵੀਡੀਓ ਦੇ ਨਾਲ ਤੁਹਾਨੂੰ ਮਦਦ ਮਿਲੀ ਹੋਏਗੀ ਕਾਫੀ ਜਿਹੜੇ ਵੀਰ ਬੰਦੇ ਨੇ ਪਹਿਲਾਂ ਵੀ ਉਹਨਾਂ ਨੂੰ ਤਾਂ ਚਲੋ ਕੋਈ ਚੱਕਰ ਨਹੀਂ ਪਰ ਜਿਹੜੇ ਵੀਰ ਅਜੇ ਛੋਟੇ ਨੇ ਛੋਟੀ ਉਮਰਾਂ ਵਾਲੇ ਬੱਚੇ ਨੇ ਉਹਨਾਂ ਨੂੰ ਕਾਫੀ ਆਸਾਨੀ ਹੋਏਗੀ ਇਸ ਵੀਡੀਓ ਦੇ ਨਾਲ ਮੈਂ ਉਮੀਦ ਕਰਦਾ ਤੇ ਵੀਡੀਓ ਨੂੰ ਜਿਵੇਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਵੀਰਾਂ ਤੱਕ ਪਹੁੰਚਾਉਣਾ ਇਸ ਵੀਡੀਓ ਨੂੰ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਪੱਗ ਜਾਂ ਪਰਨਾ ਸਿੱਖਣਾ ਚਾਹੁੰਦੇ ਨੇ ਠੀਕ ਹੈ ਜੀ ਮੈਂ ਫਾਲਤੂ ਦੇ ਵਿੱਚ ਸ਼ੇਅਰ ਕਰਨ ਦਾ ਕੋਈ ਮਤਲਬ ਨਹੀਂ ਹੈ ਕਿ ਜਿਹੜੇ ਵੀਰ ਨਹੀਂ ਦੇਖਣਾ ਚਾਹੁੰਦੇ ਉਹਨਾਂ ਤੱਕ ਪਹੁੰਚਾਉਣਾ ਠੀਕ ਹੈ ਜੀ ਸਿਰਫ ਉਹਨਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਇਸ ਵੀਡੀਓ ਦੀ ਜਰੂਰਤ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਬਾਅਦ ਦੀ ਵਰਤੋਂ ਕਰਦੇ ਹਾਂ ਬਾਅਦ ਵਿੱਚ ਜੋ ਹੈ ਤੁਸੀਂ ਕਮੀਆਂ ਬੇਸ਼ਕੀਆਂ ਦੂਰ ਕਰਦੇ ਜਾਣੀਆਂ ਨੇ ਬੰਦੇ ਦੀਆਂ ਇਸੇ ਤਰੀਕੇ ਨਾਲ ਨਵੀਂ ਵੀਡੀਓ ਦੇ ਵਿੱਚ ਨਵਾਂ ਕੋਈ ਟੌਪਿਕ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਉਹ ਤੱਕ ਲਈ ਸਾਨੂੰ ਦਿਓ ਇਜਾਜ਼ਤ ਮੈਂ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ